बिस्मिल्ला रहमान तमाम दोस्त मेरे भाई मेरे चहने वाले सब दोस्तों मेरी तरफों असलामैकमी सब दोस्त खैरियत में होंगे भाई मेरे पंद्रह हज़ार बॉन्ड से पंडरा प्ले करना है थीलैंड लॉटरी का ड्राए ए बठ पचवंजा चौताली थले पंडरा प्ले करना है अज की रूटीन अज की सरच बड़ी प्यारी बहुत ही ज़बरदस्त अपने दोस्तों शेयर करनी इन मेरे दोस्तों को पसंद आया ਕੋਸ਼ਿਸ਼ ਕਰਿਆ ਕਰੋ ਯਾਰ ਭਾਈ ਵੀਡੀਓ ਪੂਰੀ ਵਿਆਖਿਆ ਕਰੋ ਰੂਟੀਨ ਅੱਛੀ ਲੱਗੇ ਪਸੰਦ ਆਵੇ ਤਾਂ ਲਾਈਕ ਕਰਿਆ ਕਰੋ ਜੋ ਦੋਸਤ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਕਰ ਲੋ ਤਾਂ ਕਿ ਸਾਡੀ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦੋਂ ਜਲਦ ਪਹੁੰਚੇ ਤਾਂ ਮਾਫ਼ਰਤ ਯਾਰ ਤबीयत ਠੀਕ ਨਹੀਂ ਸੀ ਇਸ ਵਜ੍ਹਾ ਤੋਂ ਮੈਂ ਆਪਣੇ ਦੋਸਤਾਂ ਨਾਲ ਇਹ ਵੀਡੀਓ ਸ਼ੇਅਰ ਨਹੀਂ ਕਰ ਸਕਿਆ ਜ਼ਿਆਦਾ ਤੇ ਇਹ ਯਾਰ ਨਾ ਪਹਿਲੀ ਤਰੀਕ ਚੌਥਾ ਮਹੀਨਾ ਸੰ 2024 ਨੂੰ ਜਿਹੜਾ ਡਰਾਪ ਲਿਆ ਉਹ ਨਾ ਇਹ ਉਹਦੇ ਵਾਸਤੇ ਵੀਡੀਓ ਤੇ ਹੁਣ ਮਾਸ਼ਾਅੱਲਾ ਤਬੀਅਤ ਠੀਕ ਹੈ ਯਾਰ ਕਾਫੀ ਦੋਸਤਾਂ ਨੇ ਇਹ ਪੁੱਛਿਆ ਵੀ ਇਹ ਯਾਰ ਫੋਨ ਕਰਕੇ ਕਿ ਸ਼ਬੀਰ ਭਾਈ ਕਿਸ ਤਰ੍ਹਾਂ ਦੁਨੀ ਤਬੀਅਤ ਹੁਣ ਬਿਹਤਰ ਹੈ ਹਾਂ ਮਾਸ਼ਾਅੱਲਾ ਹੁਣ ਮੇਰੀ ਤਬੀਅਤ ਬਿਲਕੁਲ ਬਿਹਤਰ ਹੈ ਐ ਯਾਰ ਨਾ ਅੱਜ ਦੇ ਸੈੱਟ ਦੇ ਵਿੱਚ ਮੈਂ ਸਿੰਗਲ ਪੈਕਟ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਔਰ ਬੜੇ ਅੱਛੇ ਐਂਗਲ ਦੇ ਨਾਲ ਔਰ ਬੜੀ ਤਵੱਜੂ ਨਾਲ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਵੀਡੀਓ ਵੇਣੀ ਹੈ ਇਸ ਤੋਂ ਬਾਅਦ ਜਿਹੜਾ ਸੈੱਟ ਲਾਵਾਂਗਾ ਉਹ ਹੋ ਸਕਦਾ ਹੈ ਕਿ ਮੇਰੀ ਫਾਈਨਲ ਵੀਡੀਓ ਹੋਵੇ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂ ਬਹੁਤ ਬੜੇ ਸੈੱਟ ਦੇ ਨਾਲ ਅੱਜ ਦਾ ਸੈੱਟ ਵੀ ਬੜਾ ਪਿਆਰਾ ਹੈ ਇਹ ਦੋ ਰੂਟ ਨੇ ਲਿੰਕ ਦੇ ਇੱਕ ক্লোਜ਼ ਇੱਕ ਹੀ ਸੈਂਟਰ ਹੈ ਤੇ ਇਹ ਲਿੰਕ ਵੀ ਆਪਸ ਵਿੱਚ ਮੁਖਾਲਫ ਹੈਗੇ ਨੇ ਫਿਰ ক্লোਜ਼ ਵੀ ਬਖਾਵਾਂਗੇ ਆਪਣੇ ਦੋਸਤਾਂ ਨੂੰ ਬੜੇ ਅੱਛੇ ਐਂਗਲ ਦੇ ਨਾਲ ਯਾਰ ਮੈਂ ਆਪਣੇ ਦੋਸਤਾਂ ਨਾਲ ਨਾਲ ਇੱਕ ਸੈੱਟ ਸ਼ੇਅਰ ਕੀਤਾ ਸੀ ਕਿ ਸਾਲ ਦੀ ਪਹਿਲੀ ਪੱਟੀ 15000 ਬੌਂਡ ਦੇ ਵਿੱਚ ਪੰਜ ਦਾ ਸੈਂਟਰ ਲੱਗ ਜਾਵੇ ਇਹ ਲੱਗਾ ਯਾਰ ਤਸੀਂ ਇਹਦੇ ਥੱਲੇ ਡਰਾ ਕਰਨਾ ਸੀ ਫਿਰ ਇਹ ਲੱਗਾ ਤੇ ਇਹਦੇ ਤੁਸੀਂ ਥੱਲੇ ਡਰਾ ਕਰਨਾ ਸੀ ਇਹ ਲੱਗਿਆ ਤੇ ਥੱਲੇ ਸੀ ਅੱਜ ਡਰਾ ਕਰਨਾ ਹੈ ਤਵੱਜੂ ਕਰਨੀ ਯਾਰ ਪਹਿਲੇ ਲੱਗਿਆ ਤਾਂ ਨਾ 01 ਦਾ ਅਕੜਾ ਲਾਇਆ ਹੈ 01 ਦਾ ਇਹ ਕਿੱਥੋਂ ਲੱਗਿਆ ਕਿਵੇਂ ਲੱਗਿਆ ਮੈਂ ਆਪਣੇ ਦੋਸਤਾਂ ਨਾਲੇ ਸ਼ੇਅਰ ਕਰਾਂਗਾ ਪੂਰੀ ਗੱਲ ਫਿਰ ਆ ਕੇ ਯਾਰ ਇਹ ਲੱਗਿਆ ਤੇ ਥੱਲੇ ਦਾ ਦਾ ਅਕੜਾ ਲੱਗਿਆ 10 ਕਿਵੇਂ ਲੱਗਿਆ ਇਹ ਵੀ ਮੈਂ ਆਪਣੇ ਦੋਸਤਾਂ ਨੂੰ ਦੱਸਾਂਗਾ ਔਰ ਸੈਂਟਰ ਕਿੱਥੋਂ ਆਇਆ ਇਹ ਵੀ ਵਿਖਾਵਾਂਗਾ ਅੱਜ ਯਾਰ 10 ਇਹ ਲੱਗ ਚੁੱਕਿਆ ਹੈ 5 ਦਾ ਸੈਂਟਰ ਸਾਲ ਦੀ ਪਹਿਲੀ ਪੱਟੀ ਅਸੀਂ ਥੱਲੇ ਡਰਾਪ ਲੈ ਕਰਨਾ ਹੈ ਤਵੱਜੋ ਕਰਨੇ ਮੇਰੇ ਦੋਸਤਾਂ ਨੇ ਇਨਸ਼ਾਅੱਲਾ ਲੱਲਾ ਨੇ ਚਾਹਿਆ ਤੇ ਮੇਰੇ ਦੋਸਤਾਂ ਨੂੰ ਇਹ ਸੈੱਟ ਅੱਛਾ ਵੀ ਲੱਗੇਗਾ ਪਸੰਦ ਵੀ ਆਏਗਾ ਇਹ ਸਭ ਤੋਂ ਪਹਿਲੇ ਮੈਂ ਆਪਣੇ ਦੋਸਤਾਂ ਨਾਲ ਸੈੱਟ ਸ਼ੇਅਰ ਕੀਤਾ ਸੀ ਕਿ ਜਿਹੜਾ ਇਹ ਦੋ ਦੋ ਓਪਨ ਲੱਗਿਆ ਮੇਰੇ ਦੋਸਤਾਂ ਨੂੰ ਪਤਾ ਹੈ ਥੋੜੀ ਜਿਹੀ ਆਪਾਂ ਮਿਸਟੇਕ ਕਰ ਗਏ ਕਿ ਇੱਕ ਛੇ ਦਾ ਇੱਕ ਦਾ ਲਿੰਕ ਨਾਲ ਰੱਖਦੇ ਤੇ ਆਪਾਂ 25 ਦਾ ਅਕੜਾ ਮਿਸਟੇਕ ਕਰ ਗਏ ਕਿਵੇਂ ਕਰ ਗਏ ਸੀ ਯਾਰ ਇਹ ਪੰਜ ਦਾ ਸੈਟਰ ਲੱਗਿਆ ਅੱਗੇ ਇੱਕ ਜਮਾ ਲੱਗਣੀ ਸੀ ਅੱਗੇ ਜਾ ਕੇ ਇੱਕ ਛੇ ਦਾ ਲਿੰਕ ਲੱਗਣਾ ਸੀ ਇਹਨਾਂ ਤਿੰਨਾਂ ਡਰਾਮਾਂ ਦੇ ਵਿੱਚ 70 ਦੀ ਬੈਕ ਵੀ ਲਗਣੀ ਜ਼ਰੂਰੀ ਸੀ ਯਾਰ ਤੇ ਜਿਹੜਾ ਇਹ ক্লোਜ਼ ਹੈ ਨਾ ਇਹ ਸਿੰਗਲ ਓਪਨ ਲਗਣਾ ਸੀ 40000 ਬਾਉਂਡ ਜੀ ਯਾਰ ਇਹ ਲੱਗਿਆ ਯਾਰ ਆਕੜੇ ਨੇ ਲਾਇਆ 93 ਦਾ ਫਿਰ ਆ ਕਿ ਯਾਰ ਜਦੋਂ ਸੈੱਟ ਲੱਗਿਆ ਨਾ ਇੱਕ ਦੀ ਜਮਾ ਲਗਣੀ ਸੀ ਸਭ ਤੋਂ ਪਹਿਲੇ ਇੱਕ 6 ਦਾ ਲਿੰਕ ਲਗਣਾ ਸੀ ਇਹਦੇ ਦਰਮਿਆਨ ਚ 70 ਦੀ ਬੈਕ ਵੀ ਲਗਣੀ ਸੀ ਤੇ ਯਾਰਾ ਲੱਗੀ ਏ ਇਹ ক্লোਜ਼ 3 ਸੀ ਸਿੰਗਲ 3 ਦਾ ਓਪਨ ਲਗਣਾ ਸੀ ਪਿਛੇ ਇਹਨੇ 3 ਦਾ ক্লোਜ਼ ਲਾਇਆ 93 ਦਾ ਆਕੜਾ ਇਥੇ ਤਿੰਨ ਦਾ ক্লোਜ਼ ওপਨ ਪਾ ਲਾਣਾ ਸੀ ਤੇ ਇੱਕ ਫਿਕਰ ਵਧਾ ਕੇ ਉਹਨੇ ਚੌਥੀ ਦਾ ਅਕੜਾ ਲਾ ਦਿੱਤਾ ਯਾਰ ਅਜੀ ਆ ਰਹਿਆ ਲੱਗਿਆ ਖੜਾ ਸੀ ਇਹ ਹੈਗਾ ਸੀ ਦੋ ਦਾ ক্লোਜ਼ ਇੱਕ ਜਮਾ ਲੱਗੀ ਇੱਕ ਛੇ ਦਾ ਲਿੰਕ ਲੱਗ ਗਿਆ 70 ਦੀ ਬੈਕ ਵੀ ਲੱਗੀ ਯਾਰ ਇੱਕੜਾ ਛੱਡ ਗਿਆ ਸੀ ਇੱਥੇ ਖੇਣਾ ਸੀ ਕਹਿੰਦਾ ਸੀ ਸਿੰਗਲ ਹੈ ਦੋ ਦਾ ওপਨ ਇੱਥੇ ਪਲੇ ਕਰੋ ਪਹਿਲੇ ਤਿੰਨ ਦਾ ক্লোਜ਼ ਫਿਰ ਚਾਰ ਦਾ ਅੱਜ ਵਾਰੀ ਪੰਜ ਦੀ ਸੀ ਯਾਰ ਤੇ ਬੜੀ ਮਿਸਟੈਕ ਹੋਈ ਆਪਣੇ ਕੋਲੋਂ ਬਹੁਤ ਜ਼ਿਆਦਾ ਮਿਸਟੈਕ ਹੋਈ ਹੈ ਆਪਣੀ ਸਿਲੈਕਸ਼ਨ 'ਚ ਗਲਤੀ ਹੋਈ ਹੈ ਬਾਕੀ ਲਾਪਕ ਬਿਹਤਰ ਕਰੇਗਾ ਇਨਸ਼ਾਅੱਲਾ ਇਸ ਤੋਂ ਅੱਗੇ ਜਿਹੜਾ ਸੈੱਟ ਕਮਾਲ ਕਰ ਰਿਹਾ ਨਾ ਇਹ ਮੇਰੇ ਦੋਸਤਾਂ ਨੂੰ ਪਸੰਦ ਆ ਸੀ ਕਾਫੀ ਦੋਸਤ ਅਗੇ ਨੇ ਕਿ ਯਾਰ ਅਗਰ ਸਰਚ ਮਾਰੀ ਹੋਏਗੀ ਤਾਂ ਕੀ ਹੋਗਾ ਕਿ ਯਾਰ ਇਹ ਜ਼ੀਰੋ ਇੱਕ ਦਾ ਅਕੜਾ ਲੱਗਿਆ ਫਿਰ ਅਕੜਾ 10 ਦਾ ਲੱਗ ਗਿਆ ਤੇ ਅੱਜ ਇੱਥੇ ਜ਼ੀਰੋ ਇੱਕ ਦਾ ਅਕੜਾ ਜਾਂ 10 ਦਾ ਅਕੜਾ ਲੱਗਣਾ ਚਾਹੀਦਾ ਹੈ ਇਹ ਵੀ ਬਿਲਕੁਲ ਠੀਕ ਹੈ ਐਂਜ ਵੀ ਹੋ ਸਕਦਾ ਹੈ ਲੇਕਿਨ ਮੈਂ ਆਪਣੀ ਕੈਲਕੂਲੇਸ਼ਨ ਦੇ ਮੁਤਾਬਕ ਆਪਣੀ ਸਰਚ ਦੇ ਮੁਤਾਬਕ ਜੋ ਚੀਜ਼ ਬਣਾਈਏ ਮੈਂ ਆਪਣੇ ਦੋਸਤਾਂ ਨਾਲ ਉਹ ਸ਼ੇਅਰ ਕਰਨ ਲੱਗਾ ਸਭ ਤੋਂ ਪਹਿਲੀ ਗੱਲ ਤੇ ਅਸੀਂ ਯਾਰ ਕਹ ਪੰਜ ਦਾ ਸੈਂਟਰ ਲੱਗਿਆ ਇਹਦੇ ਸਾਹਮਣੇ ਇੱਕ ਜਮਾ ਲਗਣੀ ਸੀ ਆਕੜੇ ਦੀ ਜਮਾ 1 ਲਗਣੀ ਸੀ ਇਹ ਲੱਗੀ ਯਾਰ ਇਹਦੇ ਥੱਲੇ ਵੀ ਇੱਕ ਜਮਾ ਲਗਣੀ ਸੀ ਆਕੜੇ ਦੀ ਤਵੱਜੋ ਕਰਨਾ ਹੈ ਕਿ ਇਹਦੇ ਕਰਾਸ ਵਿੱਚ ਇੱਕ ਜਮਾ ਲਗਣੀ ਸੀ ਔਰ ਇੱਕ ਜਮਾ ਦਾ ਫਿਗਰ ਇੱਕ ਬੰਦਾ ਇਕੱਲੇ 1 ਤੋਂ ਬਗੈਰ ਇਥੇ ਫਸਟ ਡਰਾ ਨਹੀਂ ਹੋਣਾ ਸੀ ਇਹਨੇ 0 1 ਦਾ ਆਕੜਾ ਪਹਿਲੀ ਵਾਰ ਲਾਇਆ ਹੈ ਤਵੱਜੋ ਕਰਨੀ ਮੇਰੇ ਦੋਸਤਾਨੇ ਫੇਰ ਆ ਕੇ ਯਾਰ ਇਹ ਪੰਜ ਲੱਗੇ ਅੰਦੇ ਸਾਹਮਣੇ ਇੱਕ ਜਮਾ ਲਗਣੀ ਸੀ ਤੇ ਥੱਲੇ ਵੀ ਇੱਕ ਜਮਾ ਲਗਣੀ ਸੀ ਔਰ ਇੱਕ ਦੇ ਫਿਗਰ ਤੋਂ ਬਗੈਰ ਡਰਾ ਨਹੀਂ ਪਲੇ ਹੋਣਾ ਸੀ ਯਾਰ ਆ ਕੇ ਇਹ ਲੱਗ ਜਾਂਦਾ 10 ਦਾ ਕੜਾ ਇਹ ਯਾਰ ਪੰਜ ਪੰਜ ਦਾ ਸੈਂਟਰ ਲੱਗੇ ਅੱਗੇ ਇੱਕ ਜਮਾ ਤਾਂ ਜ਼ਰੂਰੀ ਸੀ ਨਾ ਇੱਕ ਜਮਾ ਤਾਂ ਲਗਣੀ ਲਗਣੀ ਸੀ ਔਰ ਇਹਦੇ ਕਰਾਸ ਵਿੱਚ ਵੀ ਕਹਿੰਦਾ ਕਿ ਸਿੰਗਲ ਇੱਕ ਜਮਾ ਲਾਵੋ ਇੱਕ ਦੇ ਫਿੰਗਰ ਨਾਲ ਇੱਕ ਜਮਾ ਸੀ ਇੱਕ ਦਾ ਲਿੰਕ ਸੀ ਯਾਰ ਤੇ ਇਥੇ ਆਕੜੇ ਚ ਲੱਗਣਾ ਸੀ ਫੇਰ ਯਾਰ ਆ ਕੇ ਇੱਕ ਜਮਾ ਸੀ ਸਿੰਗਲ ਇੱਕ ਦਾ ਲਿੰਕ ਸੀ ਇਹ ਲੱਗਣਾ ਸੀ ਆ ਕੇ ਯਾਰ ਅੱਜ ਕਹਿੰਦਾ ਇੱਕ ਜਮਾ ਇਕੱਲਾ ਇੱਕ ਦਾ ਫਿਕਰ ਆਕੜੇ ਚ ਲਾਵੋਗੇ ਤੇ ਡਰਾਪਲੇ ਕਰੋਗੇ ਇਹ ਰੂਟ ਦੇ ਮੁਤਾਬਕ ਨਾ ਯਾਰ ਜਮਾ ਵੀ ਆਕੜੇ ਦੀ ਇੱਕ ਲਗਣੀ ਚਾਹੀਦੀ ਲਿੰਕ ਵੀ ਇੱਕ ਦਾ ਹੀ ਲਗਣਾ ਚਾਹੀਦਾ ਜਮਾ ਮੈਂ ਲਿਖੀ ਵੈਸੇ ਨਹੀਂ ਦੀ ਤੇ ਮੈਂ ਆਪਣੇ ਦੋਸਤਾਂ ਨੂੰ ਵੈਸੇ ਦੱਸ ਦਿੱਤੀ ਕਿ ਸਿੰਗਲ ਜਮਾ ਕਹਿੰਦਾ ਇੱਕ ਦੀ 플레이 ਹੋਣੀ ਚਾਹੀਦੀ ਹੈ ਰੂਟ ਦੇ ਮੁਤਾਬਕ ਅਗਰ ਤੁਹਾਡੇ ਕੋਲ 10 ਬਣੇ ਤਾਂ ਤੁਸੀਂ 10 ਵੀ ਪਲੇ ਕਰ ਸਕਦੇ ਹੋ 01 ਬਣੇ ਤਾਂ 01 ਵੀ ਪਲੇ ਕਰ ਸਕਦੇ ਹੋ ਕਿਉਂਕਿ ਮੈਂ ਤਾਂ ਰੂਲ ਦੇ ਮੁਤਾਬਕ ਜੋ ਚੀਜ਼ ਮੇਰੀ ਸਮਝ ਆ ਰਹੀ ਹੈ ਨਾ ਮੈਂ ਉਹੀ ਚੀਜ਼ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਐ ਯਾਰ ਸਾਡੇ ਕੋਲ ਇੱਕ ਜਮਾ ਸੀ ਇਹ ਇੱਕ ਦਾ ਫਿਗਰ ਆਕੜੇ ਚ ਤੇ ਇੱਕ ਜਮਾ ਨਾਲ ਹੀ ਲੱਗਣਾ ਸੀ ਐ ਲੱਗਿਆ ਜਦੋਂ ਐ ਲੱਗਿਆ ਸੈਂਟਰ ਪੰਜ ਦਾ ਇੱਕ ਜਮਾ ਸੀ ਇੱਕ ਦੇ ਫਿਗਰ ਨਾਲ ਹੀ ਲੱਗਣਾ ਸੀ ਯਾਰ ਜਮਾ ਵੀ ਇੱਕ ਲੱਗਣਾ ਸੀ ਐ ਲੱਗੇ ਯਾਰ ਅੱਜ ਕਹਿੰਦਾ ਕਿ ਅੱਗੇ ਵੀ ਇੱਕ ਜਮਾ ਕੱਲੀ ਇੱਕ ਦਾ ਫਿਗਰ ਵੀ ਲਾਵੋ ਤੇ ਇੱਕ ਦੀ ਜਮਾ ਵੀ ਇੱਥੇ ਪਲੇ ਕਰੋ ਰੂਟ ਦੇ ਮੁਤਾਬਕ ਇਹ ਜ਼ੀਰੋ ਕਿੱਥੋਂ ਲੱਗੀ ਏ ਇਹ ਵੀ ਵਿਖਾਣਾ ਅੱਜ ਕੀ ਕਲੋਜ਼ ਲੱਗਣਾ ਚਾਹੁੰਦਾ ਏ ਉਹ ਵੀ ਮੈਂ ਆਪਣੇ ਦੋਸਤਾਂ ਨਾਲ ਲਿੰਕ ਇੱਕ ਪਹਿਲੇ ਤਾਂ ਲਿੰਕ ਵਿਖਾਵਾਂਗਾ ਆਪਣੇ ਦੋਸਤਾਂ ਨੂੰ ਔਰ ਜਮਾ ਵੀ ਟੈਲੀ ਕਰੇਗੀ ਔਰ ਲਿੰਕ ਦੇ ਮੁਤਾਬਕ ਹਰ ਚੀਜ਼ ਕਲੀਅਰ ਹੋਏਗੀ ਯਾਰ ਜਦੋਂ ਇਹ ਪਹਿਲੀ ਦਫਾ ਸੈਂਟਰ ਲੱਗਿਆ ਨਾ ਇਹਦੇ ਸਾਹਮਣੇ ਚੌਥਾ ਫਿੰਗਰ ਕੀ ਏ ਜ਼ੀਰੋ ਕੱਲੀ ਜ਼ੀਰੋ ਤੋਂ ਬਗੈਰ ਡਰਾ ਨਹੀਂ ਸੀ ਇਹ ਕਹਿੰਦਾ ਸੀ ਲਿੰਕ ਕਹਿੰਦਾ ਸੀ ਇੱਕ ਤੋਂ ਬਗੈਰ ਡਰਾ ਨਹੀਂ ਐ ਜ਼ੀਰੋ ਤੋਂ ਬਗੈਰ ਡਰਾ ਨਹੀਂ ਜਮਾ ਅਕੜੇ ਦੀ ਇੱਕ ਲਗਣੀ ਸੀ ਤੇ ਐ ਜ਼ੀਰੋ ਇੱਕ ਦਾ ਅਕੜਾ ਪਹਿਲੀ ਦਫਾ ਲਗਿਆ ਯਾਰ ਫਿਰ ਆਕੇ ਯਾਰ ਜਦੋਂ ਦੁਬਾਰਾ ਸੈੱਟ ਲੱਗਿਆ ਫਿਰ ਜ਼ੀਰੋ ਸੀ ਯਾਰ ਕਹਿੰਦਾ ਸੀ ਇੱਕ ਦੇ ਫਿੰਗਰ ਤੋਂ ਬਗੈਰ ਵੀ ਡਰਾ ਨਹੀਂ ਤੇ ਐ ਜ਼ੀਰੋ ਤੋਂ ਬਗੈਰ ਵੀ ਡਰਾ ਨਹੀਂ ਤੇ ਜਮਾ ਵੀ ਇੱਕ ਲਾਵੋ ਸਿੰਗਲ 10 ਦਾ ਅਕੜਾ ਬੰਦਾ ਸੀ ਯਾਰ ਬਲਕਿ ਜ਼ੀਰੋ ਇੱਕ ਤੇ 10 ਦਾ ਹੀ ਬੰਦਾ ਸੀ ਐ ਲੱਗੇ ਯਾਰ ਅੱਜ ਯਾਰ ਕਹਿੰਦਾ ਹੈ ਕਿ ਇੱਕ ਤੋਂ ਬਗੈਰ ਡਰਾ ਨਹੀਂ ਤੇ 9 ਤੋਂ ਬਗੈਰ ਵੀ ਡਰਾ ਨਹੀਂ ਤੇ ਜਮਾ ਵੀ ਮੈਂ ਇੱਕ ਲਾਣੀ ਏ ਕਹਿੰਦਾ ਕਿ ਇੱਕ ਦਾ ਫਿੰਗਰ ਵੀ ਅਕੜੇ ਚ ਲਾਵੋ ਇਹ ਨੋ ਦਾ ਫਿੰਗਰ ਵੀ ਆਕੜੇ ਚਲਾਵੋ ਔਰ ক্লোਜ਼ ਕਿਹੜਾ ਲੱਗੇਗਾ ਕਿਹੜਾ ਓਪਨ ਲੱਗੇਗਾ ਇਹ ਵੀ ਮੈਂ ਆਪਣੇ ਦੋਸਤਾਂ ਨਾਲ ਪੂਰੀ ਵੰਡ ਕੱਢਾਂਗਾ ਅੰਦੀ ਮੈਂ ਇਹ ਲਿੰਕ ਹੈ ਆਪਣੇ ਕੋਲ ਯਾਰ ਨੋ ਦਾ ਆਕੜੇ ਕੀ ਬਣਨਗੇ 1993 ਦੋ ਹੀ ਆਕੜੇ ਨੇ ਲੇਕਿਨ ਸਿੰਗਲ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਸਿੰਗਲ ਮੇਰੀ ਕੋਸ਼ਿਸ਼ ਹੁੰਦੀ ਕਿ ਯਾਰ ਮੈਂ ਇੱਕ ਪੈਕੇਟ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂ ਇੱਕ ਆਕੜਾ ਹੋਵੇ ਤੇ ਇੱਕ ਆਕੜਾ ਕਰਾਂ ਸ਼ੇਅਰ ਐ ਯਾਰ ਜਦੋਂ ਸਭ ਤੋਂ ਪਹਿਲੀ ਦਫਾ ਨਾ ਪੰਜ ਦਾ ਸੈਂਟਰ ਲੱਗਿਆ ਐ ਜਮਾ ਲਗਣੀ ਸੀ ਇੱਥੇ ਇੱਕ ਦਾ ਫਿਗਰ ਐ ਜਮਾ ਵੀ ਲਗਣੀ ਸੀ ਔਰ ਇੱਕ ਦਾ ਫਿਗਰ ਵੀ ਆਕੜੇ ਚ ਲੱਗਣਾ ਸੀ ਐ ਜ਼ੀਰੋ ਨੇ ਵੀ ਆਕੜੇ ਚ ਲੱਗਣਾ ਸੀ ਐ ਵੀ ਲਿੰਕ ਸੀ ਐ ਵੀ ਲਿੰਕ ਸੀ ਐ ਲੱਗਿਆ ਯਾਰ ਫਿਰ ਯਾਰ ਐ ਪੰਜ ਸੀ ਐ ਜਮਾ ਇੱਕ ਸੀ ਇੱਕ ਦਾ ਫਿਗਰ ਆਕੜੇ ਚ ਐ ਵੀ ਲਿੰਕ ਸੀ ਐ ਜ਼ੀਰੋ ਵੀ ਲਿੰਕ ਲਿੰਕ ਐ ਸੀ ਔਰ ਜਮਾ ਵੀ ਇੱਕ ਚ ਆਕੜਾ ਲੱਗਣਾ ਸੀ ਤੇ ਲੱਗਿਆ ਯਾਰ ਅੱਜ ਵੀ ਇਹੀ ਗੱਲ ਹੈ ਯਾਰ ਕਹਿੰਦਾ ਕਿ ਇੱਕ ਦਾ ਫਿਗਰ ਵੀ ਲਾ ਤੇ 9 ਦਾ ਵੀ ਲਾ ਜਮਾ ਵੀ ਆਕੜੇ ਦੀ ਇੱਕ ਲਾ ਇਹ ਲੱਗਣਾ ਚਾਹੀਦਾ ਹੈ ਰੂਟ ਦੇ ਮੁਤਾਬਕ ਹਰ ਕਿਸੇ ਦੇ ਯਾਰ ਆਪੋ ਦੀ ਸਾਹਬੇ ਆਪੋ ਦਾ ਇੱਕ ਸਰਚੇ ਮਿਹਨਤ ਹੈ ਜਿਹੜੀ ਕਿ ਸਾਰੇ ਦੋਸਤ ਕਰਦੇ ਨੇ ਹੁਣ ਮੈਂ ਆਪਣੇ ਦੋਸਤਾਂ ਨੂੰ ਕਲੋਜ਼ ਕਰਨ ਲੱਗਿਆ ਸਭ ਤੋਂ ਪਹਿਲੇ ਤਾਂ ਮੈਂ ਕਲੋਜ਼ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਜਦੋਂ ਯਾਰ ਪਹਿਲੀ ਦਫਾ ਲੱਗਿਆ ਨਾ ਅਸੀਂ ਯਾਰ ਨਾ ਐ ਵੇਖੋ ਇੱਕ ਜਮਾ ਲੱਗੀ ਇੱਕ ਛੇ ਦਾ ਲਿੰਕ ਲੱਗਿਆ ਅੱਗੇ 1500 ਬੌਂਡ ਦਾ ਜਿਹੜਾ ਓਪਨ ਹੈ ਨਾ ਇਹ ਓਪਨ ਸੀ ਇੱਕ ਇਹ ਸਿੰਗਲ ਸਾਡੇ ਕੋਲ ਕਲੋਜ਼ ਹੈਗਾ ਸੀ ਯਾਰ ਇੱਕ ਦਾ ক্লোਜ਼ ਲੱਗਣਾ ਸੀ ਐ ਜ਼ੀਰੋ ਦੇ ਲਿੰਕ ਨਾਲ ਤੇ ਜ਼ੀਰੋ ਦਾ ਲਿੰਕ ਵੀ ਇੱਕ ਦਾ ਲਿੰਕ ਵੀ ਲੱਗਣਾ ਸੀ ਐ ਇੱਕਨੇ ক্লোਜ਼ ਵੀ ਲੱਗਣਾ ਸੀ ਐ ਜ਼ੀਰੋ ਦਾ ਲਿੰਕ ਵੀ ਲੱਗਣਾ ਸੀ ਤੇ ਜ਼ੀਰੋ ਇੱਕ ਦਾ ਕੱਲਾ ਹੀ ਆਕੜਾ ਸੀ ਯਾਰ ਜਿਹੜਾ ਫਰਸਟ ਵਜ ਜਾਂਦਾ ਐ ਪਹਿਲੀ ਦਫਾ ਫਿਰ ਆ ਕੇ ਯਾਰ ਇਹ ਐਂਗਲ ਜਦੋਂ ਬਣਿਆ ਐ ਇੱਕ ਦਾ ਲਿੰਕ ਵੀ ਲੱਗਣਾ ਸੀ ਇੱਕ ਜਮਾ ਵੀ ਲਗਣੀ ਸੀ ਜ਼ੀਰੋ ਨੇ ਵੀ ਲੱਗਣਾ ਸੀ ਤੇ ਜਦੋਂ ਅਸੀਂ ਜਾਵਾਂਗੇ ਨਾ 1500 ਬੌਂਡ ਦੇ ਓਪਨ ਲਵਾਂਗੇ ਜ਼ੀਰੋ ਸੀ ਕਹਿੰਦਾ ਸੀ ਜ਼ੀਰੋ ਕੱਲਾ ক্লোਜ਼ ਲਾ ਲਓ ਇਸ ਜਮਾ ਨਾਲ ਤੇ ਇਸ ਫਿੰਗਰ ਨਾਲ ਕੱਲਾ ਜ਼ੀਰੋ ਦਾ ਕਲੋਜ਼ ਲਾ ਲਓ ਇਹ ਕਲੋਜ਼ ਆ ਕੇ ਲੱਗ ਜਾਂਦਾ ਯਾਰ ਤੇ ਆਕੜਾ 10 ਦਾ ਬਣ ਜਾਂਦਾ ਅੱਜ ਯਾਰ ਕਹਿੰਦਾ ਕਿ ਆ ਇੱਕ ਦਾ ਫਿੰਗਰ ਲਾਇਆ ਨੌ ਦਾ ਲਾ ਇੱਕ ਦਾ ਛੱਡ ਕੇ ਅੱਗੇ ਓਪਨ ਕੀ ਲੱਗਿਆ ਖਲਿਆ ਨੌ ਕਹਿੰਦਾ ਸਿੰਗਲ ਕਲੋਜ਼ ਲਾ ਲੈ ਰੂਟ ਦੇ ਮੁਤਾਬਕ ਸਿੰਗਲ ਕਲੋਜ਼ ਲਾ ਲੈ ਇੱਕ ਦੇ ਇੱਕ ਦੇ ਫਿਗਰ ਨਾਲ ਸਿੰਗਲ ਨੌ ਦਾ ਕਲੋਜ਼ ਜਮਾ ਆਕੜੇ ਦੀ ਮੈਂ ਇਕ ਲਾਣੀ ਹੈ ਤਾਂ ਆਕੜਾ ਕੀ ਬਣੇਗਾ ਯਾਰ ਸਿੰਗਲ ਆਕੜਾ ਬਣੇਗਾ 19 ਦਾ ਸਿੰਗਲ ਆਕੜਾ 2019 ਦਾ ਅਗਰ ਕਿਸੇ ਦੋਸਤੀ ਸਮਝ ਆਵੇ ਤੈਨੂੰ ਪਲੇ ਕਰਨਾ ਹੈ ਅਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਇਹ ਲਿੰਕ ਵੀ ਆਪਣੇ ਕੋਲੇ ਨੌਂ ਦੈ ਤੇ ਕਲੋਜ਼ ਵੀ ਆਪਣੇ ਕੋਲੇ ਨੌਂ ਦੈ ਰੂਟ ਦੇ ਮੁਤਾਬਕ ਸਿੰਗਲ ਸੈਂਟਰ ਵੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਯਾਰ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਪੂਰੀ ਸਰਚ ਆਪਣੇ ਦੋਸਤਾਂ ਦੇ ਸਾਹਮਣੇ ਰੱਖਣਾ ਹੈ ਅਬਦੁਲਮੁਲਾ ਦੀ ਜ਼ਾਤ ਕੋਲੇ ਸਾਡਾ ਕੰਮ ਇਹ ਕੋਸ਼ਿਸ਼ ਕਰਨੀ ਸਰਚ ਕਰਨੀ ਕਰਕੇ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਸਾਹਮਣੇ ਰੱਖਣੀ ਯਾਰ ਜਦੋਂ ਇਹ ਲਿੰਕ ਨੇ ਲੱਗਣਾ ਸੀ ਇੱਕ ਨੇ ਇੱਥੇ ਲੱਗਿਆ ਐਸ ਜ਼ੀਰੋ ਲੱਗਿਆ ਇਹ ਕਲੋਸ ਲੱਗਿਆ ਤੇ ਯਾਰ ਜਿਹੜਾ ਇਸ ਤੋਂ ਕਲੋਸ ਉਹ ਪਿੱਛੇ ਪਿਆ ਨਾ ਓਪਨ ਇਹ ਸਿੰਗਲ ਸੈਂਟਰ ਸੀ ਸਾਡਾ ਯਾਰ ਇਹ ਲੱਗ ਜਾਂਦਾ ਆ ਕਿ ਲੋ ਦਾ ਇਹ ਸੈਂਟਰ ਸੀ ਇਕੱਲਾ ਲੋ ਦਾ ਐਸ 012 ਦੀ ਪੈਕੇਟ ਪੂਰੀ ਫਰਸਟ ਵਿੱਚ ਵਜ ਜਾਂਦੀ ਯਾਰ ਪਹਿਲੀ ਵਾਰੀ ਦੂਸਰੀ ਵਾਰੀ ਇਹ ਸੈੱਟ ਲੱਗਿਆ ਯਾਰ ਇੱਕ ਦਾ ਲਿੰਕ ਵੀ ਲੱਗਣਾ ਸੀ ਇੱਕ ਦੀ ਜਮਾ ਵੀ ਲੱਗਣੀ ਸੀ ਜ਼ੀਰੋ ਦਾ ਫਿਗਰ ਆਕੜੇ ਦੇ ਵਿੱਚ ਟੱਚ ਸੀ ਯਾਰ ਇੱਕੜਾ ਛੱਡ ਕੇ ਅੱਗੇ ਓਪਨ ਪਿਆ ਸੀ ਜ਼ੀਰੋ ਦਾ ਇਕੱਲਾ ਕਲੋਸ ਸੀ ਇਹਦੇ ਪਿੱਛੇ ਓਪਨ ਲੱਗਾ ਖਲਾ ਸੀ 9 ਦਾ ਇਕੱਲਾ ਸੈਂਟਰ ਸੀ ਯਾਰ ਸਾਡੇ ਕੋਲੇ ਇਹ 10 9 ਦੀ ਪੈਕਟ ਲੱਗ ਜਾਂਦੀ ਦੂਸਰੀ ਵਾਰ ਅੱਜ ਯਾਰ ਕਹਿੰਦਾ ਕਿ ਇੱਕ ਜਮਾ ਦਾ ਅਕੜਾ ਲਾ ਇੱਕ ਦਾ ਫਿਗਰ ਲਾ 9 ਦਾ ਫਿਗਰ ਵੀ ਅਕੜੇ ਚ ਲਾ ਇਹ ਕਲੋਜ਼ ਲਾ 9 ਤੇ ਇਹ 6 ਕਿੱਥੇ ਕਹਿੰਦਾ ਹੈ ਸੈਂਟਰ ਲਾ ਸਿੰਗਲਸ 6 ਦਾ ਸੈਂਟਰ ਯਾਰ 19 6 ਦੀ ਪੈਕਟ ਅਗਰ ਕਿਸੇ ਦੋਸਤ ਦੀ ਸਮਝ ਆ ਜਾਵੇ ਤੈਨੂੰ ਪਲੇ ਕਰਨਾ ਹੈ ਆਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਹੈ ਅਗਰ ਮੇਰੇ ਦੋਸਤ ਨੂੰ ਮਿਹਨਤ ਅੱਛੀ ਨਾ ਲੱਗੇ ਪਸੰਦ ਨਾ ਆਵੇ ਇਗਨੋਰ ਕਰ ਦੇਣਾ ਮੇਰੇ ਕੋਲ ਇੱਕ ਰੂਟ ਦੇ ਮੁਤਾਬਕ अच्छी सर्च ਦੇ ਮੁਤਾਬਕ اچھی ਕੋਸ਼ਿਸ਼ ਦੇ ਨਾਲ ਇਹ ਸਿੰਗਲ ਪੈਕੇਟ ਬਣੀ ਹੈ ਯਾਰ ਆਪਣੇ ਵੱਲੋਂ ਪੂਰੀ ਸਰਚ ਪੂਰੀ ਮਿਹਨਤ ਆਪਣੇ ਦੋਸਤਾਂ ਦੇ ਸਾਹਮਣੇ ਰੱਖੀ ਹੈ ਮੇਰੇ ਦੋਸਤਾਂ ਨੂੰ ਮੇਰੀ ਮਿਹਨਤ ਅੱਛੀ ਲੱਗੇ ਪਸੰਦ ਆਵੇ ਤੈਨੂੰ ਆਪਣੀ ਗੇਮ ਚ ਸ਼ਾਮਲ ਕਰਨਾ ਹੈ ਆਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਮੇਰਾ ਕੰਮ ਸੀ ਪੂਰੀ ਮਿਹਨਤ ਕਰਕੇ ਆਪਣੇ ਦੋਸਤਾਂ ਦੇ ਸਾਹਮਣੇ ਰੱਖਣੀ ਉਹ ਮੈਂ ਰੱਖ ਦਿੱਤੀ ਹੈ ਤਗਲੀ ਵੀਡੀਓ ਹੋ ਸਕਦਾ ਹੈ ਫਾਈਨਲ ਵੀਡੀਓ ਹੋਵੇ ਬਹੁਤ بڑے ਸੈਟ ਦੇ ਨਾਲ ਬਹੁਤ بڑے ਸੈਟ ਦੇ ਨਾਲ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਇਨਸ਼ਾਅੱਲਾ ਤੇ ਐਸ ਸਿੰਗਲ ਲਿੰਕ ਵੀ ਵਿਖਾਇਆ ਹੈ ਇਹ ਵੀ ਸਿੰਗਲ ਲਿੰਕ ਸਿੰਗਲ ক্লোਜ਼ ਸਿੰਗਲ ਸੈਂਟਰ ਸਿੰਗਲ ਜਮਾ ਤੇ ਇੱਕ ਹੀ ਪੈਕੇਟ ਯਾਰ ਕਿਸੇ ਦੋਸਤ ਨੂੰ ਸਮਝ ਆਵੇ ਤਾਂ ਗੇਮ ਚ ਸ਼ਾਮਲ ਜ਼ਰੂਰ ਕਰਾਇਆ ਜੇ ਆਦਰਵਾਇਸ ਗਨੋਰ ਕਰ ਦੇਣੀ ਇਨਸ਼ਾਅੱਲਾ ਅਗਲਾ ਸੈੱਟ ਬਹੁਤ ਪਿਆਰਾ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਉਹਨਾਂ ਤੱਕ ਇਜਾਜ਼ਤ ਦਿਓ ਅੱਲਾ ਹਫਿਜ਼